ਵੈਲਕਮ ਟੂ ਖੰਨਾ ਨਿਊਜ਼ ਲਾਈਵ। ਸਮਰਾਲਾ ਤਹਿਸੀਲ ਦੇ ਪਿੰਡ ਮਾਨੂਪੁਰ ਵਿੱਚ ਅੱਜ ਸਵੇਰੇ ਚਾਰ ਦਲਿਤ ਔਰਤਾਂ ਨੂੰ ਜਲੀਲ ਕਰਨ ਤੋਂ ਬਾਅਦ ਉਹਨਾਂ ਦੀ ਡੰਡਿਆਂ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪਿੰਡ ਵਿੱਚ ਭਾਰੀ ਤਣਾਅ ਦਾ ਮਾਹੌਲ ਬਣ ਗਿਆ ਹੈ ਅਤੇ ਗੁੱਸੇ ਵਿੱਚ ਆਏ ਪਿੰਡ ਦੇ ਲੋਕਾਂ ਵੱਲੋਂ ਗੁਰਦੁਆਰਾ ਸ਼੍ਰੀ ਰਾਮਦਾਸੀਆਂ ਅੱਗੇ ਧਰਨਾ ਲਗਾਇਆ ਗਿਆ ਹੈ। ਦਲਿਤ ਭਾਈਚਾਰੇ ਸਮੇਤ ਪਿੰਡ ਦੇ ਸਾਰੇ ਹੀ ਵਰਗਾਂ ਦੇ ਲੋਕ ਇਸ ਵਾਪਰੀ ਘਟਨਾ ਨੂੰ ਲੈ ਕੇ ਬੜੇ ਗੁੱਸੇ ਵਿੱਚ ਦਿਖਾਈ ਦੇ ਰਹੇ ਹਨ। ਉੱਥੇ ਮੌਜੂਦ ਇਸ ਤਸ਼ੱਦਦ ਦਾ ਸ਼ਿਕਾਰ ਹੋਈਆਂ ਔਰਤਾਂ ਨੇ ਰੋ ਰੋ ਕੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਹ ਰੋਜ਼ ਦੀ ਤਰ੍ਹਾਂ ਖੇਤਾਂ ਵਿੱਚ ਆਪਣੇ ਪਸ਼ੂਆਂ ਲਈ ਕੱਖ ਲੈਣ ਜਾ ਰਹੀਆਂ ਸਨ ਤਾਂ ਪਿੰਡ ਦੇ ਸੂਏ ਨੇੜੇ ਉਹ ਇੱਕ ਖੇਤ ਦੀ ਵੱਟ ਤੋਂ ਕੱਖ ਵੱਢ ਰਹੀਆਂ ਸਨ ਤਾਂ ਅਚਾਨਕ ਉੱਥੇ ਲਾਗਲੇ ਪਿੰਡ ਦਾ ਇੱਕ ਵਿਅਕਤੀ ਆਇਆ ਅਤੇ ਉਸਨੇ ਆਉਂਦੇ ਹੀ ਉਹਨਾਂ ਨੂੰ ਭੱਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਹ ਵਿਅਕਤੀ ਉਹਨਾਂ ਨੂੰ ਜਾਤੀ ਸੂਚਕ ਗਾਲਾਂ ਕੱਢਦਾ ਹੋਇਆ ਉਹਨਾਂ ਨੂੰ ਜਲੀਲ ਕਰਨ ਲੱਗ ਪਿਆ। ਅਵਤਾਰ ਸਿੰਘ ਜੀ, ਅਵਤਾਰ ਸਿੰਘ ਜੀ, ਕੀ ਘਟਨਾ ਹੋਈ? ਸਾਡੀਆਂ ਪਿੰਡ ਦੀਆਂ ਬੀਬੀਆਂ ਪੱਠੇ ਲੈਣ ਗਏ ਸੀਗੇ ਜੀ, ਗੋਹ ਪਿੰਡ ਦੇ ਯਾਰ ਮਾਨੂਪੁਰ ਦੇ ਸੈਂਟਰ ਚੋਂ। ਉੱਥੇ ਕੋਈ ਜਗ੍ਹਾ ਨਹੀਂ, ਜਗ੍ਹਾ ਪੰਚਾਇਤ ਦੀ ਜਗ੍ਹਾ। ਗੋਹ ਦੇ ਬੰਦੇ ਨੇ ਸਾਡੇ ਪਿੰਡ ਦੀਆਂ ਤੀਵੀਆਂ ਨਾਲ ਹਰਕਤ ਕੀਤੀ ਹੈ ਜੀ, ਡੰਡੇ ਮਾਰੇ ਨੇ, ਗਾਲਾਂ ਕੱਢੀਆਂ ਨੇ, ਜਾਤੀ ਸ਼ਬਦ ਵਰਤੇ ਨੇ, ਉਹ ਕੁੜੀਆਂ ਦੇ ਕੱਪੜੇ ਪਾੜੇ ਨੇ। ਅਸੀਂ ਉਹਦਾ ਮੁੱਲ ਲੈਣਾ ਚਾਹੁੰਦੇ, ਸਾਨੂੰ ਕਿਸੇ ਚੀਜ਼ ਦਾ ਤੱਕ ਕੋਈ ਮਤਲਬ ਨਹੀਂ ਹੈਗਾ, ਚਾਹੇ ਗੋਹ ਦਾ ਚਾਹੇ ਸੇਧ ਹੈ, ਅਸੀਂ ਕੁੱਟਾਂਗੇ ਵਿੱਚ ਸਾਰਾ ਕੁਝ ਕਰਾਂਗੇ ਜਦ ਤੱਕ। ਉਹ ਬੰਦਾ ਪਤਾ ਨੀ ਕਿੱਥੇ ਗਿਆ ਹੋਣਾ, ਕਿੱਥੇ ਨਹੀਂ, ਕਿਉਂ ਬੰਦਾ ਤੀਵੀਂ ਦੇ ਹੱਥ ਚੱਕਦਾ, ਸ਼ੇਰ ਦੇ ਚੱਕੇ ਹੱਥ, ਨਾਲ ਦੇ ਬੰਦੇ ਦੇ ਹੱਥ ਚੱਕੇ, ਨਸ਼ਾ ਪਤਾ ਕੀਤਾ, ਦਾਰੂ ਪੀਤੀ ਉਹਦੀ। ਠੀਕ ਹੈ ਜੀ, ਅਸੀਂ ਧਰਨਾ ਲਾਇਆ, ਅਸੀਂ ਧਰਨਾ ਵੀ ਲਾਏਗੇ, ਖੰਨੇ ਵੀ ਲਾਏਗੇ, ਸਾਨੂੰ ਖੰਨੇ ਤੱਕ ਪਹੁੰਚਾਉਣਾ, ਧਰਨਾ ਬੜਾ ਵੀ ਕਰਾਂਗੇ ਅਸੀਂ। ਕਿੱਥੇ ਦਾ ਕਿਸਾਨ ਮਜ਼ਦੂਰ ਏਕਤਾ ਕਹਿੰਦੇ ਨੇ, ਹੋਰ ਕਿਸਾਨਾਂ ਦੇ ਸਿਰ ਕੁੱਟਣ ਲੱਗੇ ਹੋਏ ਨੇ। ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ? ਅਸੀਂ ਕਾਰਵਾਈ ਕਰਾਂਗੇ, ਪਰਚਾ ਵੀ ਕਰਾਏਗੇ, ਬਣਦੀ ਕਾਰਵਾਈ ਕਰਾਏਗੇ। ਜਿਹੜੇ ਸਾਡੇ ਜਾਣੇ ਦੇ ਹੱਥ ਚੱਕੇ ਨੇ, ਕੱਪੜੇ ਪਾੜੇ ਨੇ, ਅਸੀਂ ਉਹ ਕੱਪੜੇ ਪਾੜਨੇ ਬਦਲੇ ਲੈਣਗੇ ਨਾਲ ਦੇ ਨਾਲੇ। ਪੁਲਿਸ ਪ੍ਰਸ਼ਾਸਨ ਜੀ ਬਹੁਤ ਧੰਨਵਾਦ ਆ, ਉਹਦੇ ਉਹ ਦੇਖਣ ਕਹਿ ਰਹੇ ਮੌਕਾ ਵੀ, ਮੌਕੇ ਦੀ ਕੀ ਕਾਰਵਾਈ ਹੋਈ ਹੈ, ਕਿੱਥੇ ਜਗ੍ਹਾ, ਸੂਏ ਦੇ ਜਗ੍ਹਾ, ਖੇਤ ਦੀ ਜਗ੍ਹਾ ਨਹੀਂ, ਸਾਰੀ ਜਗ੍ਹਾ ਬਾਹਰ ਦੀ ਜਗ੍ਹਾ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕੈਪਟਨ ਹਰਜਿੰਦਰ ਸਿੰਘ, ਐਕਸ ਜੀਓ ਜੀ ਸਰ। ਕੀ ਹੋਇਆ ਇਹਦੇ ਵਿੱਚ? ਸਰ ਮੈਂ ਘਰ ਬੈਠਾ ਸੀ ਤੇ ਉਹਦੀ ਵਾਚ ਮੈਨੂੰ ਫੋਨ ਗਿਆ 12 ਵਜੇ, 12 ਵਜੇ ਫੋਨ ਗਿਆ ਕਿ ਆਪਣੇ ਵਿਹੜੇ ਦੀਆਂ 4 ਤੀਵੀਆਂ ਸੀ ਜਿਹਨਾਂ ਦੀ ਉੱਥੇ ਇੱਕ ਜੱਟ ਨੇ ਕੁੱਟਮਾਰ ਕੀਤੀ ਆ। ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਇੱਕ ਪਾਸੇ ਤਾਂ ਸੰਧੂ ਬਾਰਡਰ ਦੇ ਉੱਤੇ ਧਰਨਾ ਲੱਗਿਆ ਹੋਇਆ ਜਿਹਦੇ ਵਿੱਚ ਅਸੀਂ ਕੀ ਕਹਿ ਰਹੇ ਹਾਂ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਦੂਸਰੇ ਵਾਸਤੇ ਦੂਸਰੀ ਤਰਫਾ ਤੁਸੀਂ ਮੈਨੂੰ ਇੱਕ ਗੱਲ ਦੱਸੋ, ਅੱਜ ਸਾਡੇ ਮਜ਼ਦੂਰਾਂ ਨਾਲ ਕਿਆ ਕਾਰਵਾਈ ਹੋ ਰਹੀ ਹੈ? ਅੱਜ ਇੱਕ ਪਾਸੇ ਦਾ ਕਿਸਾਨ ਮਜ਼ਦੂਰ ਉੱਥੇ ਇਕੱਠੇ ਬੈਠੇ ਨੇ, ਧਰਨੇ ਦੇ ਉੱਤੇ ਬੈਠੇ ਨੇ, ਦੂਸਰੀ ਤਰਫ ਜਿਹੜੀਆਂ ਸਾਡੀਆਂ ਤੀਵੀਆਂ ਨੇ, ਗਰੀਬ ਤੀਵੀਆਂ ਨੇ, ਇਹਨਾਂ ਨੂੰ ਖੇਤਾਂ ਦੇ ਵਿੱਚ ਸਾਡੇ ਨਾਲ ਆਹ ਕਾਰਵਾਈ ਹੋ ਰਹੀ ਹੈ, ਜਦਕਿ ਉਹਦਾ ਖੇਤ ਵੀ ਨਹੀਂ ਸੀ ਸਰ। ਉਹਨਾਂ ਨੇ ਅਜੇ ਤਾਂ ਕੋਈ ਪਤਾ ਨਹੀਂ ਹੈ ਸਰ, ਉਹ ਉਸੇ ਸਮੇਂ ਦੇ ਫਰਾਰ ਹੈ। ਉਹਨੇ ਕੁੱਟਿਆ ਸਰ, ਇੱਥੇ ਡੰਡੇ ਦਿਖਾਏ ਸੀ, ਡੰਡਿਆਂ ਨਾਲ ਕੁੱਟਿਆ, ਇਹਨਾਂ ਦੇ ਕੱਪੜੇ ਪਾੜੇ, ਜਾਤੀ ਸੂਚਕ ਸ਼ਬਦ ਬੋਲੇ, ਉਹਨੇ ਕਿਹਾ ਤੁਸੀਂ ਚੂੜੀਆਂ ਚ ਮਾਰੀਆਂ। ਉਹਦਾ ਨਾਮ ਵਿਸਾਖਾ ਬੋਲ ਰਿਹਾ, ਲੇਕਿਨ ਮੈਂ ਪੱਕਾ ਨਹੀਂ ਕਹਿ ਸਕਦਾ ਉਹਦਾ, ਨਹੀਂ ਸਰ ਉਹ ਪਿੰਡ ਦਾ ਹੀ ਹੈ, ਅਸੀਂ ਬਾਕੀ ਲੋਕਾਂ ਤੋਂ ਪੁੱਛ ਗਿਆ ਆ, ਛੱਡ ਦੋ, ਇਹਨਾਂ ਦੇ ਨਾਲ ਮੋਟਰ ਹੈ ਸਰ। ਇਸ ਕਰਕੇ ਅਸੀਂ ਤਾਂ ਇਹੀ ਪ੍ਰਸ਼ਾਸਨ ਤੋਂ, ਪੱਤਰਕਾਰ ਭਾਈਚਾਰੇ ਤੋਂ, ਸਭ ਤੋਂ ਪਹਿਲਾਂ ਮੈਂ ਪੱਤਰਕਾਰ ਭਾਈਚਾਰੇ ਦਾ, ਉਹਦੀ ਬਾਅਦ ਪੁਲਿਸ ਪ੍ਰਸ਼ਾਸਨ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਵੀ ਇੱਕ ਕਾਲ ਦੇ ਉੱਤੇ ਤੁਸੀਂ ਇੱਥੇ ਆ ਕੇ ਗਰੀਬਾਂ ਦੀ ਆਵਾਜ਼ ਸੁਣੀ ਹੈ। ਅਸੀਂ ਕੋਈ ਰੰਜਿਸ਼ ਨਹੀਂ, ਉਹ ਜਿਹੜਾ ਮਹਿੰਗਣੇ ਵਾਲਾ, ਮਹਿੰਗਣੇ ਵਾਲੇ ਕੈਸਾ ਬੀੜ ਹੈ ਜਿਹਦੇ ਵਿੱਚ ਜਗ੍ਹਾ ਛੱਡੀ ਹੋਈ ਹੈ, ਉਹਦੇ ਨਾਲ ਕਿਤੇ ਵੱਟ ਵੁੱਟ ਵੀ ਹੋਊਗੀ, ਉਹਦੇ ਨਾਲ ਤੁਸੀਂ ਜਾ ਕੇ ਉਹ ਖੇਤ ਦੇਖ ਲਓ, ਉਹ ਦੇਖ ਲਓ, ਇਹਨਾਂ ਦੇ ਪੱਠੇ ਦੇਖ ਲਓ, ਇੱਕ ਵੀ ਕਿਤੇ ਕਣਕ ਜਾਂ ਕੋਈ ਬਰਸੀਨ ਜਾਂ ਕੋਈ ਚਰੀ ਕੁਛ ਵੀ ਨਹੀਂ ਗਾ, ਸਾਰਾ ਪਿੰਡ ਇਕੱਠਾ ਹੋਇਆ ਸੀ। ਸਾਡੀ ਮੰਗ ਇਹੀ ਆ ਵੀ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਅਸੀਂ ਸਰਪੰਚ ਨੂੰ ਦੱਸਿਆ ਸਾਡੇ ਨੂੰ,
ਅਸੀਂ ਕਿਹਾ ਵੀ ਜਾ ਕੇ ਆ ਕੇ ਮਾਫ਼ੀ ਮੰਗ ਲਵੇ, ਉਹਦੀ ਬਾਅਦ 'ਚ ਅਸੀਂ ਕਰ ਸਕਦੇ ਹਾਂ। ਅਸੀਂ 108 'ਤੇ ਫੋਨ ਕੀਤਾ, 108 ਨੇ ਕਿਹਾ ਵੀ ਠੀਕ ਆ ਅਸੀਂ ਕਾਰਵਾਈ ਕਰਦੇ ਹਾਂ, ਵੀ ਸਿੱਧਾ ਤੁਸੀਂ ਚੌਂਕੀ ਦੇ ਵਿੱਚ ਜਾ ਕੇ ਪਰਚਾ ਦਿਓ। ਚੌਂਕੀ ਦੇ ਵਿੱਚ ਅਸੀਂ ਦਰਖਾਸਤ ਲੈ ਕੇ ਗਏ ਹਾਂ, ਉਹਦੀ ਬਾਅਦ 'ਚ ਚੌਂਕੀ ਇੰਚਾਰਜ ਉੱਥੇ ਹੈ ਨਹੀਂ ਸੀ, ਚੌਂਕੀ ਇੰਚਾਰਜ ਕਿਆ ਕਰਿਆ ਉੱਥੇ SSP ਸਾਹਿਬ ਦੇ ਮੀਟਿੰਗ ਦੇ ਵਿੱਚ ਸੀ। SSP ਸਾਹਿਬ ਨੇ ਚੌਂਕੀ ਇੰਚਾਰਜ ਅਤੇ SHO ਸਾਹਿਬ ਨੂੰ ਇੱਥੇ ਭੇਜਿਆ ਮੌਕੇ ਦੇ ਉੱਤੇ ਜਾ ਕੇ, ਤਾਂ ਚੌਂਕੀ ਜਿੰਨੇ ਵੀ ਉਹ ਅਫਸਰ ਆਏ ਹੋਏ ਨੇ ਸਾਰੇ ਮੌਕਾ ਦੇਖਣ ਗਏ ਹੋਏ ਨੇ ਜੀ। ਮੇਰਾ ਨਾਮ ਰਾਜਵਿੰਦਰ ਹੈ। ਕੀ ਹੋਇਆ ਕੀ ਹੋਇਆ? ਹੋਇਆ ਤੇ ਸਾਡੇ ਨਾਲ ਅਸੀਂ ਕੱਖ ਵੜਦੇ ਜਾਂਦੇ ਆ ਸੜਕ ਤੋਂ, ਜਾਂ ਅਸੀਂ ਕੱਖ ਵੜਦੇ ਜਾਂਦੇ ਅਸੀਂ ਜਾ ਕੇ ਅਸੀਂ ਉਹ ਮਹਿੰਗਣਾ ਇਹ ਢੇਰੀ ਕਰਤੇ ਸਹੀ, ਉਹ ਢੇਰੀ ਕਰਕੇ ਅਸੀਂ ਗਾਹਾਂ ਚਲੇ ਗਈਆਂ, ਗਾਹਾਂ ਅਸੀਂ ਵੱਟ ਵੜ ਲਈ, ਉਹ ਵੱਟ ਉਹਦੀ ਤਾਂ ਹੈ ਨੀ, ਵੱਟ ਕਿਸੇ ਹੋਰ ਚੜਦੀ ਆ, ਉਹ ਸੜਕ ਤੋਂ ਜਾਂਦਾ ਗਾਲਾਂ ਕੱਢਦਾ, ਭੈਣ ਚੋਦ ਦੀਆਂ ਚਮਾਰੀਆਂ ਸਾਰੀਆਂ ਨੇ ਸਾਨੂੰ ਦੁਖੀ ਕਰਿਆ ਪਿਆ, ਮਾਂ ਦੇ ਲੰਨ ਲੈਣੀਆਂ ਨੇ ਮੈਂ ਤੁਹਾਨੂੰ ਦੱਸਦਾ ਪਤਾ, ਜਦ ਅਸੀਂ ਵੇਹ ਕੇ ਉੱਠ ਕੇ ਤੁਰ ਪਈਆਂ, ਜਦ ਆਇਆ ਮੂਹਰੇ ਵਾਲੀ ਸੋਟੀ ਨੀ ਲੈ ਕੇ, ਕਿੱਡੀ ਬੜੀ ਸੋਟੀ ਹੈ, ਉਹ ਬਹੁਤ ਵਿਸਾਖਾ ਹੈ ਜੀ। ਨਹੀਂ ਪਹਿਲਾਂ ਸਾਡੇ ਨਾਲ ਕਦੇ ਨੀ ਹੋਈ ਹੈਗੀ, ਸਾਰੇ ਸੋਟੀਆਂ ਮਾਰੇ ਬਹੁਤ ਜ਼ਿਆਦਾ, ਕੱਪੜੇ ਵਾੜਦੇ ਅਸੀਂ ਆਪਣਾ ਵਸੜਾਇਆ ਤੇ ਕੱਪੜੇ ਦਾ ਦੱਸਿਆ ਤਾਂ ਆਪਣਾ ਸੜਾਇਆ, ਫਿਰ ਉਹਦੇ ਸਾਡੇ ਕੱਪੜੇ ਵਰਥੇ, ਮੈਂ ਹਰ ਚ ਗਿਰ ਵੀ ਗਈ ਉੱਥੇ, ਉਹਦੇ ਸੜਾਉਂਦੇ ਨਹੀਂ, ਚਾਰ ਜਣੀਆਂ ਤੀਆਂ ਉਹਦੇ ਬਾਅਦ, ਫਿਰ ਉਹਨਾਂ ਨੇ ਜਿਹੜੇ ਬੰਦੇ ਪਹਿਲਾਂ ਖੜੇ ਸੀ ਜਦ ਉਹ ਸਾਨੂੰ ਕੁੜਦਾ ਵੀ ਜਦ ਉਹ ਬੰਦੇ ਕੋਲ ਨੀ ਆਏ, ਜਦ ਅਸੀਂ ਉਹਨਾਂ ਨੇ ਸੜਾਉਣ ਲੱਗ ਗਏ ਜਿਹੜੇ ਬੰਦੇ ਆ ਗਏ, ਫਿਰ ਉਹ ਸੜਾ ਕੇ ਲੈ ਕੇ ਗਏ ਉਹਨੂੰ, ਅਸੀਂ ਉਹਨੂੰ ਕੁਛ ਨੀ ਕਿਹਾ, ਅਸੀਂ ਆਪਣਾ ਸੜਾਉਣ ਲੱਗ ਗਏ, ਹਾਂ ਸਾਰਿਆਂ ਨੂੰ ਕੁੱਟਿਆ, ਇੱਥੇ ਨਾ ਤੁਹਾਨੂੰ ਪਤਾ ਲੱਗਿਆ ਸੀ ਵੀ ਮਾਨੂਪੁਰ ਦੀਆਂ ਚਾਰ ਲੇਡੀਜ਼ ਗੋ ਪਿੰਡ ਦੇ ਖੇਤਾਂ ਵਿੱਚ ਪੱਠੇ ਵੱਢਣ ਆਈਆਂ ਸੀਗੀਆਂ, ਕੱਖ ਵਗੈਰਾ ਲੈਣ ਆਈਆਂ ਸੀ, ਤੇ ਇੱਥੇ ਇੱਕ ਵਿਸਾਖਾ ਨਾਂ ਦੇ ਬੰਦੇ ਨੇ ਉਹਨਾਂ ਨਾਲ ਬਸ ਲੁਕੀ ਕੀਤੀ ਹੈ, ਕੁੱਟਮਾਰ ਕੀਤੀ ਹੈ, ਉਹ ਇੱਥੋਂ ਕੱਖ ਲੈ ਕੇ ਚਲੇ ਗਏ ਜਿੰਨੇ ਕੁ ਸੀਗੇ, ਅਤੇ ਉਹਨਾਂ ਨੇ ਪਿੰਡ ਜਾ ਕੇ ਇਕੱਠ ਕਰ ਲਿਆ, ਅਤੇ ਮੌਕੇ 'ਤੇ ਅਸੀਂ ਪਹੁੰਚ ਗਏ ਸੀ, ਉਹ ਸਾਰੀ ਜਿਹੜੀ ਹੈਗੀ ਸਿਚੁਏਸ਼ਨ ਦੇਖ ਲਈ ਹੈ, ਅਤੇ ਜਿੱਦਾਂ ਦੇ ਹਾਲਾਤ ਹੋਣਗੇ ਜਾ ਕੇ ਮੌਕਾ ਦੇਖ ਕੇ ਫਿਰ ਅਸੀਂ ਉਹ ਜੀ ਕਾਰਵਾਈ ਕਰਾਂਗੇ। ਚਲੋ ਲੇਡੀ ਦਾ ਕਹਿਣਾ ਜਾਤੀ ਸੂਚਕ ਅੰਕ ਵੀ ਉਹਨਾਂ ਨੂੰ ਜਿਹੜੇ ਕੱਪੜੇ ਪੜੇ ਗਏ ਨੇ ਵੀ ਕਹਿਣਾ ਹੁੰਦਾ? ਹਾਂ, ਪਹਿਲਾਂ ਮੌਕਾ ਦੇਖਿਆ ਜਾ ਰਿਹਾ, ਕਿਉਂਕਿ ਗੋ ਪਿੰਡ ਦੀ ਜ਼ਮੀਨ ਹੈ ਉਹ ਸਾਡੇ 'ਚ ਨਹੀਂ ਪੈਂਦਾ ਹੈਗਾ ਏਰੀਆ, ਫਿਰ ਵੀ ਅਸੀਂ ਮੌਕੇ 'ਤੇ ਆ ਕੇ ਮੌਕਾ ਦੇਖ ਕੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਉਹਨਾਂ ਦੇ ਬਿਆਨ ਲੈ ਕੇ। ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ।